ਤੁਸੀਂ ਵੇਖ ਰਹੇ ਹੋ ਦਾ ਲਿਬਰਟੀ ਵੀ ਮੁਦੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਸ਼ਗਨ ਦੇ ਦਿੱਤਾ 11 ਰੁਪਏ ਦਾ ਜੀ ਹਾਂ ਅੱਜ ਦੀ ਤੜਕਸਰ ਹੁੰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣੇ ਟਵੀਟ ਤੇ ਜਿਹਨੂੰ ਅੱਜ ਕੱਲ ਐਕਸ ਕਹਿੰਦੇ ਨੇ ਉਹਦੇ ਉੱਤੇ ਕਿਉਂਕਿ ਸਰਕਾਰ ਜ਼ਿਆਦਾਤਰ ਟਵੀਟਰ 'ਆਂ ਹੀ ਉਹ ਚਲਦੀ ਆ ਸੋ ਉਸੇ ਰਾਈ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ 'ਚ 11 ਰੁਪਏ ਅਸੀਂ ਪ੍ਰਤੀ ਕੁਆਂਟਲ ਗੰਨਾ ਕਾਸ਼ਤਕਾਰਾਂ ਲਈ ਗੰਨੇ ਦੇ ਪਾਚ ਵਾਧਾ ਕਰਨ ਜਾ ਰਹੇ ਆ ਔਰ ਦੇਸ਼ ਸਭ ਤੋਂ ਵੱਧ ਹੁਣੇ ਗੰਨੇ ਦਾ ਪਾ ਪੰਜਾਬ ਦੇ ਕਿਸਾਨਾਂ ਨੂੰ 391 ਰੁਪਏ ਪ੍ਰਤੀ ਕੁੰਟਲ ਮਿਲੇਗਾ ਜੀ ਹਾਂ ਜੇਕਰ ਮੈਂ ਮੁੱਖ ਮੰਤਰੀ ਸਾਹਿਬ ਦੇ ਟਵੀਟ ਦੀ ਗੱਲ ਕਰਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਟਵੀਟ ਚ ਲਿਖਿਆ ਪੰਜਾਬ ਚ 11 ਰੁਪਏ ਦੀ ਇੱਕ ਸ਼ੁਭ ਸ਼ਗਨ ਹੁੰਦਾ ਪੰਜਾਬ ਚ 11 ਰੁਪਏ ਦਾ ਇੱਕ ਸ਼ੁਭ ਸ਼ਗਨ ਹੁੰਦਾ ਅੱਜ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ 11 ਰੁਪਏ ਦੀ ਕੀਮਤ ਚ ਵਾਧਾ ਕਰਕੇ ਪੰਜਾਬ ਚ ਗੰਨੇ ਦਾ ਰੇਟ ਸਾਰੇ ਦੇਸ਼ ਤੋਂ ਵੱਧ ਪੰਜਾਬ ਵਿੱਚ 391 ਰੁਪਏ ਕਰਕੇ ਸ਼ੁਭ ਸ਼ਗਨ ਦਿੱਤਾ ਜਾਂਦਾ ਹੈ ਆਉਣ ਵਾਲੇ ਦਿਨਾਂ ਚ ਹਰ ਵਰਗ ਦੇ ਪੰਜਾਬੀਆਂ ਨੂੰ ਮਿਲਣਗੀਆਂ ਖੁਸ਼ਖਬਰੀਆਂ ਤੁਹਾਡਾ ਪੈਸਾ ਤੁਹਾਡੇ ਨਾਮ ਸੋ ਮੁੱਖ ਮੰਤਰੀ ਸਾਹਿਬ ਨੇ ਆਪਣੇ ਟਵੀਟ ਚ ਕਿਹਾ ਕਿ ਮੈਂ ਭਾਈ ਪੰਜਾਬ ਚ ਜਿਹੜਾ 11 ਰੁਪਏ ਸ਼ਗਨ ਮੰਨਿਆ ਜਾਂਦਾ ਮੈਂ ਉਹ ਗੰਨਾ ਕਸਤਕਾਰਾਂ ਨੂੰ ਪਾਤਾ ਗੰਨੇ ਦੇ ਭਾਅ ਚ 11 ਰੁਪਏ ਵਾਧਾ ਕਰਤਾ ਤੇ ਪੰਜਾਬ ਦਾ ਗੰਨੇ ਦਾ ਭਾਅ ਹੁਣ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੋਏਗਾ। ਤੁਹਾਡੇ ਧਿਆਨ ਚੋਣਾ ਕਿ ਪਿਛਲੇ ਦਿਨੀ ਗੰਨਾ ਕਸਤਕਾਰਾਂ ਨੇ ਧਰਨਾ ਲਾਇਆ ਸੀ। ਗੰਨੇ ਦੇ ਬਕਾਇਏ ਨੂੰ ਲੈ ਕੇ ਗੰਨੇ ਦੇ ਭਾਅ ਨੂੰ ਲੈ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਫਿਰ ਪਹਿਲਾਂ ਇੱਕ ਟਵੀਟ ਕੀਤਾ ਜਿਹੜਾ ਲੱਗਿਆ ਕਿ ਤਲਖੀ ਭਰਿਆ ਧਮਕੀ ਭਰਿਆ ਪਰ ਉਸ ਤੋਂ ਬਾਅਦ ਫਿਰ ਗੰਨਾ ਕਸਤਕਾਰਾਂ ਨੂੰ ਮੀਟਿੰਗ ਲਈ ਸੱਦ ਲਿਆ। ਉਹਨਾਂ ਨਾਲ ਬੈਠਕ ਹੋਈ। ਬੈਠਕ 'ਚ ਉਹਨਾਂ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਅਸੀਂ ਜੀ ਤੁਹਾਨੂੰ ਗੰਨੇ ਦਾ ਭਾ ਦੇ ਸਭ ਤੋਂ ਵੱਧ ਦੇਵਾਂਗੇ ਗੰਨਾ ਕਾਸਤਕਾਰ ਜਾਂ ਗੰਨਾ ਕਿਸਾਨ ਜਾਂ ਗੰਨੇ ਨਾਲ ਸੰਬੰਧਿਤ ਧਰਨਾ ਲਾਉਣ ਵਾਲੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਗੰਨੇ ਦਾ ਭਾ 380 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ ਤੇ 450 ਰੁਪਏ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੇ ਜਦੋਂ ਇਹ ਕਿਹਾ ਜਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਫਿਕਰ ਨਾ ਕਰੋ ਤੁਹਾਨੂੰ ਸਭ ਤੋਂ ਵੱਧ ਭਾ ਦੇਵਾਂਗੇ ਤੁਸੀਂ ਬਾਗੋ-ਬਾਗ ਹੋ ਜਾਓਗੇ ਤਦ ਕਹਿੰਦੇ ਕਿ ਉਹਨਾਂ ਜੱਥੇਬੰਦੀਆਂ ਨੂੰ ਜਾਂ ਗੰਨਾ ਕਸਕਰਾਂ ਨੂੰ ਮੀਤ ਸੀ ਕਿ ਘੱਟੋ-ਘੱਟ 400 ਰੁਪਏ ਦਾ ਸਰਕਾਰ ਨੇ ਕਰ ਦੇਣਾ। ਉਰੇ ਜਾਣਕਾਰੀ ਮਿਲਣ ਲੱਗੀ ਸੀ ਕਿ ਸਰਕਾਰ 10 ਤੋਂ 12 ਰੁਪਏ ਗੰਨੇ ਦਾ ਭਾਅ ਵਧਾਉਣ ਜਾ ਰਹੀ ਆ ਤੇ ਇਸ ਗੰਨੇ ਦੇ ਭਾਅ ਦਾ ਵਾਅਦਾ ਪੰਜਾਬ ਦੀ ਵਿਧਾਨ ਸਭਾ ਦੇ ਦੋ ਰੋਜ਼ਾ اجلاس ਦੌਰਾਨ ਹੀ ਹੋ ਸਕਦਾ ਹੈ। ਪਰ ਫਿਰ ਕਹਿੰਦੇ ਜੀ ਇਹ ਯੋਜਨਾ ਬਣੀ ਕਿ ਜੇਕਰ ਪੰਜਾਬ ਵਿਧਾਨ ਸਭਾ ਦੇ ਵਿੱਚ ਹੀ ਐਲਾਨਤਾ ਫਿਰ ਇਹ ਵੱਖਰੀ ਖਬਰ ਨਹੀਂ ਬਣਨੀ। ਇਹ ਆਮ ਖਬਰਾਂ 'ਚ ਡੱਬੀ ਬਣ ਕੇ ਰਹਿ ਜਾਣੀ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਚ ਕਾਰਵਾਈ ਪੈ ਕੇ ਰਹਿ ਜਾਣੀ ਇਸ ਲਈ ਨੂੰ ਬੱਕਰੀ ਖਬਰ ਬੱਕਰੀ ਹਾਈਲਾਈਟ ਸੋ ਇਸ ਲਈ ਫਿਰ ਜੀ ਹੁਣ ਇਹ ਬਖਰੇ ਤੌਰ ਤੇ ਟਵੀਟ ਦੇ ਰੂਪ ਸਾਹਮਣੇ ਆਇਆ ਅੱਜ ਹੁਣ ਅਖਬਾਰਾਂ ਨੂੰ ਟੀਵੀ ਚੈਨਲ ਨੂੰ ਖਬਰ ਮਿਲ ਗਈ ਕਿ ਪੰਜਾਬ ਚ ਗੰਨੇ ਦਾ ਭਾਅ ਵਧ ਕੇ ਜੀ 11 ਰੁਪਏ ਵਧਣ ਨਾਲ 391 ਰੁਪਏ ਪ੍ਰਤੀ ਕੁਨਟਲ ਹੋ ਗਿਆ ਕੱਲ ਨੂੰ ਗੁਰਦਾਸਪੁਰ ਚ ਰੈਲੀ ਆ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਲੋਕ ਸਭਾ 13 ਹਲਕਿਆਂ ਚ ਰੈਲੀਆਂ ਕਰਨੀਆਂ ਨੇ ਉਸੇ ਕੜੀ ਦੇ ਤਹਿਤ ਕੇਜਰੀਵਾਲ ਜੀ ਦੇ ਭਗਵੰਤ ਮਾਨ ਕੱਲ ਨੂੰ ਗੁਰਦਾਸਪੁਰ ਚ ਰੈਲੀ ਕਰਨਗੇ ਉਸ ਰੈਲੀ ਚ ਵੀ ਇਸ ਦਾ ਗੁਣਗਾਨ ਖੁੱਲਕੇ ਹੋਏਗਾ ਚਾਹੇ ਉਹ ਧਾਰਮਿਕ ਯਾਤਰਾ ਹੋਵੇ ਤੇ ਚਾਹੇ ਇਹ ਹੋਵੇ ਚਾਹੇ ਉਹ ਘਰ ਘਰ ਆਟਾ ਪਚਾਉਣ ਦੀ ਯੋਜਨਾ ਹੋਵੇ ਇਹਨਾਂ ਦਾ ਐਲਾਨ ਖੁੱਲਕੇ ਹੋਣਾ ਤੇ ਆਉਂਦੇ ਦਿਨਾਂ ਚ ਜਿਹੜੀ 1000 ਰੁਪਏ ਵਾਲੀ ਗੱਲ ਹੈ ਉਹਦਾ ਵੀ ਜ਼ਿਕਰ ਖੁੱਲਕੇ ਹੋਣਾ ਕਿ ਜੀ ਉਹ ਵੀ ਕਿਉਂਕਿ ਇਸ ਟਵੀਟ ਦੀਆਂ ਆਖਰੀ ਲਾਈਨਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਨੇ ਕਿ ਆਉਂਦੇ ਦਿਨਾਂ ਚ ਸਰਕਾਰ ਉਸ ਗੱਲ ਵੱਲ ਵਧਣ ਜਾ ਰਹੀ ਆ ਜਿਹੜੇ ਉਹ ਅਖੀਰ ਚ ਲਿਖਦੇ ਆ ਕਿ ਆਉਣ ਵਾਲੇ ਦਿਨਾਂ 'ਚ ਹਰ ਵਰਗ ਦੇ ਪੰਜਾਬੀਆਂ ਨੂੰ ਮਿਲਣਗੀਆਂ ਖੁਸ਼ਖਬਰੀਆਂ ਇਹ ਖੁਸ਼ਖਬਰੀ ਦਾ ਸੰਕੇਤ ਉਹੀ ਆ ਪਰ ਇਸ ਤੋਂ ਪਹਿਲਾਂ ਇਹ ਗੱਲ ਸਾਫ਼ ਆ ਕਿ ਹੁਣ ਪੰਜਾਬ ਦੀ ਸਰਕਾਰ ਇਸ ਪਹਿਲੂ ਦੇ ਉੱਤੇ 11 ਰੁਪਏ ਦਾ ਭਾਅ ਵਧਾ ਕੇ ਇਹ ਸੰਕੇਤ ਸਪਸ਼ਟ ਦੇ ਰਹੀ ਆ ਕਿ ਹਾਂ ਜੀ ਅਸੀਂ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਪਰ ਪਹਿਲੂ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ 11 ਰੁਪਏ ਦੇ ਸ਼ਗਨ ਨੂੰ ਕੀ ਗੰਨਾ ਕਾਸਤਕਾਰ ਕੀ ਗੰਨਾ ਕਿਸਾਨ ਪ੍ਰਵਾਨ ਕਰਨਗੇ ਜਾਂ ਇਸ ਦੇ ਉੱਤੇ ਫੇਰ ਇੱਕ ਰੋਸਾ ਪ੍ਰਗਟ ਹੋ ਸਕਦਾ ਹੈ ਕਾਰਨ ਬੇਸ਼ੱਕ ਹਰਿਆਣੇ ਦੇ ਵਿੱਚ 386 ਰੁਪਏ ਭਾਅ ਸੀ ਉਹਦੇ ਨਾਲੋਂ ਪੰਜਾਬ ਦਾ ਭਾਅ ਹੁਣ ਵੱਧ ਗਿਆ 391 ਹੋ ਗਿਆ ਮੁੱਖ ਮੰਤਰੀ ਸਾਹਿਬ ਦੇ ਐਲਾਨ ਦੇ ਹਲਵਾਲੇ ਨਾਲ ਔਰ ਇਹਦੇ ਵਿੱਚੋਂ 5 ਜਾਂ 6 ਰੁਪਏ ਐ ਮਿਲ ਵਾਲਿਆਂ ਨੂੰ ਅਦਾ ਕਰਨਾ ਪਿਆ ਕਰਨਗੇ ਤੇ 5 ਜਾਂ 6 ਰੁਪਏ ਜਿੰਨੇ ਵੀ ਕਿਸ ਨੇ ਦੁਆ ਨਿ ਤੈ ਕੀਤੇ ਉਹ ਸਰਕਾਰ ਨੇ ਅਦਾ ਕਰਨੇ ਜਦੋਂ 380 ਰੁਪਏ ਪ੍ਰਤੀ ਕਵਾਂਟਰਲ ਭਾਅ ਸੀ ਤਾਂ ਉਹਦੇ ਵਿੱਚੋਂ 330 ਰੁਪਏ ਸਰਕਾਰ ਅਦਾ ਕਰਦੀ ਸੀ 50 ਰੁਪਏ ਖੰਡ ਮਿਲਾਂ ਤੇ ਪੈਂਦੇ ਸੀ ਹੁਣ ਇਹ ਜਿਹੜੇ 11 ਰੁਪਏ ਲਾਣੇ ਨੇ ਇਹ ਚੋ ਜਾਂ ਤਾਂ 5 ਰੁਪਏ ਸਰਕਾਰ ਦੇਊਗੀ 6 ਰੁਪਏ ਖੰਡ ਮਿਲ ਵਾਲੇ ਦਿਆ ਕਰਨਗੇ ਜਾਂ 6 ਰੁਪਏ ਸਰਕਾਰ ਦੇਊਗੀ 5 ਰੁਪਏ ਖੰਡ ਮਿਲਾਂ ਦੇ ਪੈਣੇ ਆਪਸ ਵਿੱਚ ਇਦਾਂ ਹੁਣ ਪਰ ਜਥੇਬੰਦੀਆਂ ਦੀ ਮੰਗ 450 ਰੁਪਏ ਪ੍ਰਤੀ ਕੁਆਂਟਲ ਸੀ ਔਰ ਉਹਨਾਂ ਦੀ ਸੰਤੁਸ਼ਟੀ 400 ਰੁਪਏ ਤੇ ਹੋਣੀ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ 400 ਰੁਪਏ ਦਾ ਭਾਅ ਲਾਣਿਆ ਜਾਊਗਾ ਕੀ ਹੁਣ ਇਹ 11 ਰੁਪਏ ਦੇ ਸ਼ਗਨ ਨੂੰ ਗੰਨਾ ਕਾਸਕਰ ਗੰਨਾ ਕਿਸਾਨ ਪ੍ਰਵਾਨ ਕਰਨਗੇ ਜਾਂ ਇਸ ਨੂੰ ਲੈ ਕੇ ਫਿਰ ਰੋਸਾ ਕਰਨਗੇ ਕਿਉਂਕਿ ਅੱਜ ਜਿਹੜਾ ਐਲਾਨ ਹੈ ਇਹ ਵੀ ਇਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿ ਸਰਕਾਰ ਦੀ ਤਦਵੀਜ਼ ਤਾਂ ਗਰਦਾਸਪੁਰ ਵਾਲੀ ਰੈਲੀ 'ਚ ਐਲਾਨਣ ਦੀ ਸੀ ਪਰ ਅੱਜ ਫਿਰ ਧਰਨਾ ਲੱਗਣ ਦੀ ਸੰਭਾਵਨਾ ਪੈਦਾ ਹੋ ਗਈ ਸੀ ਅੱਜ ਫਿਰ ਰੋਸਾ ਪ੍ਰਗਟਾਉਣ ਦੀਆਂ ਤਿਆਰੀਆਂ ਹੋ ਗਈਆਂ ਸੀ ਤੇ ਇਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਰੈਲੀ 'ਚ ਵੀ ਗੰਨਾ ਕਾਸਕਰ ਆ ਕੇ ਖਲਲ ਪਾ ਸਕਦੇ ਨੇ ਇਸ ਲਈ ਪਹਿਲਾਂ ਹੀ ਰੇਟ ਲਾਉਂਦਿਓ ਸੋ ਅੱਜ ਟਵੀਟ ਆ ਗਿਆ ਕਿਸੇ ਸਮੇਂ ਕੈਪਟਨ ਰਮਿੰਦਰ ਨੇ 10 ਰੁਪਏ ਐਲਾਨੇ ਸੀ ਫਿਰ ਦੂਸਰੀ ਵਾਰ 15 ਰੁਪਏ ਐਲਾਨੇ ਸੀ ਤੇ ਉਸੇ ਤਰ੍ਹਾਂ ਹੋਣ ਵਾਲਿਆਂ ਨੂੰ ਲੱਗਦਾ ਸੀ ਕਿ ਘੱਟੋ ਘੱਟ 20 ਤਾਂ ਐਲਾਨੀ ਜਾਣਗੇ 380 ਤੋਂ 400 ਤਾਂ ਹੋ ਹੀ ਜਾਏਗਾ ਪਰ ਪੰਜਾਬ ਸਰਕਾਰ ਨੇ 11 ਰੁਪਏ ਐਲਾਨ ਕੇ ਟਵੀਟ ਕਰਕੇ ਦੱਸਤਾ ਕਿ ਜੀ ਅਸੀਂ ਤਾਂ ਹੀ ਭਾਅ ਦੇ ਸਕਦੇ ਹਾਂ ਸੋ ਹੁਣ ਜੇ ਕੰਨਾ ਕਸਕਰ ਖੁਸ਼ ਹੁੰਦੇ ਨੇ ਵੈਸੇ ਰਕਬਾ ਘਟਿਆ ਪੰਜਾਬ 'ਚ ਪਿਛਲੀ ਵਾਰ ਨਾਲੋਂ 1.10 ਲੱਖ ਹੈਕਟੇਰ ਰਕਬਾ ਸੀ ਪਿਛਲੇ ਸਾਲਾਂ 'ਚ ਗਨੇ ਹੇਡ 3197 ਇੱਕ 1000 ਤੇ ਰਹਿ ਗਿਆ ਤੁਈ ਆਪਣੇ ਆਪ ਚ ਅਹਿਮ ਪਹਿਲੂ ਆ ਕਿ ਸਾਡਾ ਗੰਨੇ ਦਾ ਰਕਵਾ 97000 ਹੈਕਟੇਰ ਤੇ ਘਟਿਆ ਤੇ ਆਉਂਦੇ ਦਿਨਾਂ ਚ ਹੋਰ ਘਟਣ ਦੀ ਸੰਭਾਵਨਾ ਖੜੀ ਆ ਕਿਉਂਕਿ ਗੰਨਾ ਨਾਲ ਸੰਬੰਧਿਤ ਖੰਡ ਮੀਲਾਂ ਜਿਹੜੀਆਂ ਨੇ ਉਹ ਸਮੇਂ ਸਿਰ ਨਾ ਤਾਂ ਗੰਨੇ ਦੇ ਪੈਸੇ ਅਦਾ ਕਰਦੀਆਂ ਨੇ ਟਰੈਲੀਆਂ ਲੈਣਾਂ ਚ ਖੜੀਆਂ ਰਹਿੰਦੀਆਂ ਨੇ ਗੰਨਾ ਲਾਉਣ ਲਈ ਵੀ ਇਨੀ ਦਿੱਕਤ ਆਉਂਦੀ ਆ ਤੇ ਉਹ ਤੋਂ ਬਾਅਦ ਫਿਰ ਗੰਨੇ ਦੇ ਪੈਸਿਆਂ ਲਈ ਵੀ ਇਨੀ ਦਿੱਕਤ ਆਉਂਦੀ ਆ ਸੋ ਇਸ ਲਈ ਵੀ ਗੰਨੇ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਰਿਹਾ ਪਰ ਹੁਣ ਪੰਜਾਬ ਸਰਕਾਰ ਵੱਲੋਂ ਐਲਾਨ ਨੇ 11 ਰੁਪਏ ਦੇ ਸ਼ਗਨ ਨੂੰ ਕੀ ਕਿਸਾਨ ਕੀ ਗੰਨਾ ਕਸਕਰ ਪ੍ਰਵਾਨ ਕਰਦੇ ਆ ਕਿ ਨਹੀਂ ਕਿ ਆਉਣ ਵਾਲਾ ਸਮਾਂ ਦੱਸੇਗਾ ਚਲੋ ਗੱਲ ਸਰਕਾਰ ਦੀ ਚੱਲੀ ਆ ਤੇ ਪੰਜਾਬ ਸਰਕਾਰ ਜੀ 1000 ਰੁਪਇਆ ਬੀਬੀਆਂ ਵਾਲੀ ਯੋਜਨਾ ਦੇ ਉੱਤੇ ਵੀ ਅਮਲ ਕਰਨ ਜਾ ਰਹੀ ਆ ਉਹਦੀ ਖਬਰ ਆਪਾਂ ਪਹਿਲਾਂ ਇਸੇ ਪ੍ਰੋਗਰਾਮ ਦੇ ਵਿੱਚ ਮੁੱਦਾ ਅਜੰਦਾ ਦੇ ਵਿੱਚ ਆਪਾਂ ਵਿਸਥਾਰਤ ਚਰਚਾ ਕਰ ਚੁੱਕੇ ਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਦੀ ਇਹ ਤਜ਼ਵੀਜ਼ ਆ ਕਿ ਅਸੀਂ ਬੀਬੀਆਂ ਨੂੰ 1000 ਰੁਪਇਆ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦਈਏ ਤੇ ਹੁਣ ਉਹ 1000 ਰੁਪਇਆ ਜਿਹੜਾ ਪਹਿਲੇ ਪੜਾਅ 'ਚ ਜਾਂ ਦੂਜੇ ਪੜਾਅ 'ਚ ਬੀਬੀਆਂ ਨੂੰ ਦੇਣਾ ਬੇਸ਼ੱਕ ਪੰਜਾਬ ਚ ਮਹਿਲਾ ਵੋਟਰਾਂ ਦੀ ਗਿਣਤੀ 1 ਕਰੋੜ ਤੋਂ ਉੱਪਰ ਆ ਪਰ ਪਹਿਲੇ ਪੜਾਅ ਚ 10 ਲੱਖ ਬੀਬੀਆਂ ਨੂੰ ਟੀਚਾ ਪੂਰਾ ਕਰਨ ਦਾ ਇਹਨਾਂ ਨੇ ਰਾਦਾ ਬਣਾਇਆ ਕਿ ਵੋਟਾਂ ਤੋਂ ਪਹਿਲਾਂ ਪਹਿਲਾਂ 10 ਲੱਖ ਬੀਬੀਆਂ ਜਿਹੜੀਆਂ ਵਿੱਡੋ ਲੇਡੀਜ਼ ਵਿਧਵਾ ਔਰਤਾਂ ਨੇ ਜਾਂ ਆਪਣੇ ਘਰਾਂ ਨੇ ਤੋਂ ਅੱਡ ਹੋ ਕੇ ਤਲਾਕ ਕਰਕੇ ਅੱਡ ਰਹਿੰਦੀਆਂ ਨੇ ਕੱਲੀਆਂ ਕਾਰੀਆਂ ਨੇ ਉਹਨਾਂ ਨੂੰ ਘੱਟੋ ਘੱਟ ਕੋਈ ਕਮਾਈ ਦਾ ਸਾਧਨ ਨਹੀਂ ਉਹਨਾਂ ਨੂੰ ਘੱਟੋ ਘੱਟ 1000 ਰੁਪਏ ਮਹੀਨਾ ਦੇਣਾ ਸ਼ੁਰੂ ਕਰੀਏ ਸਹੀ ਲੱਗਦਾ ਤੇ ਉਹਦੇ ਨਾਲ ਨਾਲ ਉਹਨਾਂ ਦੀ ਜੇਕਰ ਧੀਆ 18 ਸਾਲ ਤੋਂ ਉੱਪਰ ਨਹੀਂ ਤਾਂ ਉਹਨਾਂ ਨੂੰ ਸੋ ਇਸ ਤਰ੍ਹਾਂ ਇਹਨਾਂ ਬੀਬੀਆਂ ਦੇ ਰਾਹੀਂ ਪੰਜਾਬ ਸਰਕਾਰ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਆ ਕਿ ਦੇਖੋ ਜੀ ਅਸੀਂ ਯੋਜਨਾ ਲੈ ਕੇ ਆ ਰਹੇ ਆ ਤੁਹਾਡੇ ਖਾਤੇ 'ਚ 4 ਪਾਉਣਾ ਸ਼ੁਰੂ ਕਰਤਾ ਬਾਕੀਆਂ ਨੂੰ ਪਾ ਦਾਂਗੇ ਬਸ ਹੁਣ ਵੋਟ ਸਾਡੀ ਝੋਲੀ ਪਾ ਦਿਓ ਹੁਣ ਇਹ 1000 ਰੁਪਇਆ ਜਿਹੜਾ ਦੇਣਾ ਸ਼ੁਰੂ ਕਰਨਾ ਉਹਦੇ ਲਈ ਪੰਜਾਬ ਸਰਕਾਰ ਜੀ ਵੱਡਾ ਕਰਜ਼ਾ ਚੁੱਕਣ ਜਾ ਰਹੀ ਆ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਹੋਰ ਭਾਰੀ ਕਰਨ ਜਾ ਰਹੀ ਆ वैसे त एक कर्जे दी पांड पंजाब ਦੇ ਸਿਰ ਤੇ ਕੇਂਦਰ ਨੇ ਉਸ ਸਮੇਂ ਹੀ ਰੱਖਤੀ ਸੀ ਜਦੋਂ 1984 ਦੇ ਦੌਰ ਦਾ ਸੁਰੱਖਿਆ ਬਲਾਂ ਦਾ ਬੋਝ ਸਾਡੇ ਸਿਰ ਤੇ ਪਾਤਾ ਨਾਲੇ ਤਾਂ ਪੰਜਾਬ ਨੇ ਆਪਣੇ ਪੁੱਤ ਮਰਾਏ ਨਾਲੇ ਆਪਣਾ ਨੁਕਸਾਨ ਕਰਾਇਆ ਨਾਲੇ ਆਪਣਾ ਘਾਨ ਹੋਇਆ ਹੈ ਆਪੋਚ ਲੜ ਮਰੇ ਤੇ ਦੂਸਰਾ ਸਾਡੇ ਸਿਰ ਤੇ ਕੇਂਦਰ ਨੇ ਸਾਡੀ ਸੁਰੱਖਿਆ ਦੇ ਨਾਂ ਦੇ ਉੱਤੇ 5800 ਕਰੋੜ ਦਾ ਸਾਡੇ ਤੇ ਬੋਝ ਰੱਖਤਾ ਜਿਹੜਾ ਬੋਝ ਵੱਧ ਕੇ 8500 ਕਰੋੜ ਤੱਕ ਹੋ ਗਿਆ ਸੀ ਸਨ 2000 ਤੱਕ ਆਉਂਦਿਆਂ ਆਉਂਦਿਆਂ ਉਸ ਤੋਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ ਕੇਂਦਰ ਦੇ ਵਿੱਚ ਇੰਦਰ ਕੁਮਾਰ ਗੁਜਰਾਲ ਹੋਰੀ ਖਾਸ ਕਰਕੇ ਤੇ ਡਾਕਟਰ ਮਨਮੋਨ ਸਿੰਘ ਇਹਨਾਂ ਨੇ ਸਾਡੀਆਂ ਕੁਝ ਕਰਜ਼ੇ ਦੀਆਂ ਕਿਸ਼ਤਾਂ ਮਾਫ਼ ਵੀ ਕੀਤੀਆਂ ਲਗਭਗ ਕੇਂਦਰ ਵਾਲਾ ਕਰਜ਼ਾ ਤਾਂ ਇਹਦੇ ਵਿੱਚੋਂ ਬਾਹਰ ਲਗਭਗ ਹੋ ਗਿਆ ਸੀ ਪਰ ਉਸ ਦੌਰਾਨ ਹੀ ਬਾਦਲਾਂ ਦੇ ਰਾਜ ਦੇ ਵਿੱਚ ਸਬਸਿਡੀਆਂ ਦੇ ਹਵਾਲੇ ਨਾਲ ਨਵਾਂ ਪੰਜਾਬ ਦੇ ਸਿਰ ਤੇ ਬੋਝ ਪੈਣ ਲੱਗਾ ਹੈਨਾ ਆ ਜੀ ਸੰਗਤ ਦਰਸ਼ਨ ਦੇ ਨਾਂ ਦੇ ਪੈਸੇ ਵੰਡਣ ਦਾ ਕਰਜ਼ਾ ਲੈਣ ਲਈ ਬੋਝ ਪੈਣ ਲੱਗਾ ਕੈਪਟਨ ਅਮਿੰਦਰ ਨੇ ਵੀ ਉਹ ਤਸਦੀ ਜਾਰੀ ਰੱਖੀ ਸਥਿਤੀ ਇਹ ਹੋ ਗਈ ਕਿ 2006-07 ਤੱਕ ਆਉਂਦਿਆਂ ਆਉਂਦਿਆਂ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ 40000 ਕਰੋੜ ਨੂੰ ਚਲਾ ਗਿਆ ਤੇ 2014-15 ਤੱਕ ਆਉਂਦੇ ਆਉਂਦੇ ਇੱਕ ਕਰਜ਼ੇ ਦਾ ਬੋਝ 88000 ਕਰੋੜ ਤੋਂ ਪਾਰ ਚਲਾ ਗਿਆ। ਉਸ ਤੋਂ ਬਾਅਦ 2019-20 ਤੱਕ ਆਉਂਦੇ ਆਉਂਦੇ ਰਿਕਾਰਡ ਟੁੱਟ ਕੇ 1 ਲੱਖ 93000 ਕਰੋੜ ਤੋਂ ਲਗਭਗ 2 ਲੱਖ ਕਰੋੜ ਨੂੰ ਇਹ ਕਰਜ਼ਾ ਪਹੁੰਚ ਗਿਆ ਤੇ ਅੱਜ ਦੀ ਤਰੀਕ ਦੇ ਵਿੱਚ ਇਹ 3 ਲੱਖ ਕਰੋੜ ਤੋਂ ਪਾਰ ਹੈ। 3 ਲੱਖ ਕਰੋੜ 12000 ਤੋਂ ਵੱਧਦਾ ਕਰਜ਼ੇਈਆਂ ਸੀ 222 ਤੱਕ ਦੇ ਅੰਕੜਿਆਂ ਦੇ ਹਿਸਾਬ ਨਾਲ ਤੇ 224 ਤੱਕ ਜਾਂਦੇ ਜਾਂਦੇ ਜੇਕਰ 4 ਲੱਖ ਕਰੋੜ ਤੋਂ ਪਾਰ ਹੋ ਜਵੇ ਤਾਂ ਹੈਰਾਨ ਨਾ ਹੋਇਓ। ਕਿਉਂਕਿ ਪਿਛਲੀਆਂ ਸਰਕਾਰਾਂ ਕੈਪਟਨ ਚੰਨੀ ਦੇ ਸਮੇਂ ਪੰਜਾਬ ਦੇ ਵਿੱਚ 3000 ਕਰੋੜ ਤੋਂ ਵੱਧ ਦਾ ਕਰਜ਼ਾ ਲਗਭਗ ਹਰ ਮਹੀਨੇ ਲਿਆ ਜਾਂਦਾ ਸੀ 3000 ਕਰੋੜ ਦਾ ਕਰਜ਼ਾ ਹਰ ਮਹੀਨੇ ਔਸਤ ਪੰਜਾਬ ਦੀਆਂ ਸਰਕਾਰਾਂ ਚੰਨੀ ਕੈਪਟਨ ਵਾਲੀਆਂ ਚੱਕਦੀਆਂ ਸੀ ਤੇ ਉਹ ਬਹੁਤ ਜ਼ਿਆਦਾ ਸੀ ਪਰ ਮੌਜੂਦੇ ਵਾਲਾ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਪੰਜਾਬ ਤੱਕ ਖਜ਼ਾਨਾ ਭਰ ਦਿਆਂਗੇ ਇਹਨਾਂ ਨੇ ਉਹਨਾਂ ਦਾ ਵੀ ਰਿਕਾਰਡ ਤੋੜਤਾ ਮੇਰੀ ਜਾਣਕਾਰੀ ਦੇ ਅਨੁਸਾਰ ਸੀ ਕਿ 3500 ਦੇ ਕਰੀਬ ਹਰ ਮਹੀਨੇ 3500 ਕਰੋੜ ਦਾ ਕਰਜ਼ਾ ਹਰ ਮਹੀਨੇ ਲੈ ਰਹੇ ਨੇ ਪਰ ਅੱਜ ਮੈਂ ਕਾੰਕੜੇ ਦੇਖੇ ਮੇਰੇ ਮੂਰੀ ਜਦੋਂ ਅੰਕੜੇ ਆਏ ਤਾਂ ਮੈਂ ਹੈਰਾਨ ਹੋ ਗਿਆ ਕਹਿੰਦੇ ਜੀ ਡੇਢ ਸਾਲ ਦੇ ਵਿੱਚ 70000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਲੈ ਚੁੱਕੀ ਆ 70000 ਕਰੋੜ ਦਾ ਕਰਜ਼ੇ ਦਾ ਮਤਲਬ ਹਰ ਮਹੀਨੇ ਔਸਤਨ 4000 ਕਰੋੜ ਦਾ ਕਰਜ਼ਾ ਡੇਢ ਸਾਲ ਦਾ 72000 ਕਰੋੜ ਬਣਦਾ ਉਸ ਹਿਸਾਬ ਨਾਲ ਇਹਦਾ ਮਤਲਬ 4000 ਕਰੋੜ ਦਾ ਔਸਤ ਕਰਜ਼ਾ ਪੰਜਾਬ ਸਰਕਾਰ ਹਰ ਮਹੀਨੇ ਚੁੱਕ ਰਹੀ ਹੈ ਤੁਸੀਂ ਇੱਥੋਂ ਦਾਜਾ ਲਾਓ ਕਿ ਬਾਦਲਾਂ ਦੇ ਸਮੇਂ ਜਦੋਂ ਬਿਜਲੀ ਸਬਸਿਡੀ ਵਾਲਾ ਕਰਜ਼ੇ ਦਾ ਬੋਝ ਪੰਜਾਬ 'ਤੇ ਪੈਣਾ ਸ਼ੁਰੂ ਹੋਇਆ ਤਾਂ ਉਹ 604 ਕਰੋੜ ਦਾ ਕਰਜ਼ਾ ਸੀ। ਬਿਜਲੀ ਸਬਸਿਡੀਆਂ ਦੇ ਲਈ ਜਿਹੜੀ ਅਦਾਗੀ ਆ ਉਹ 604 ਕਰੋੜ। ਤੇ ਇਸੇ ਤਰ੍ਹਾਂ ਫਿਰ ਜਿਹੜੀ ਅੱਜ ਬਿਜਲੀ ਆਲਾ ਬਣ ਗਿਆ ਉਹ 20000 ਕਰੋੜ ਦੀ ਅਦਾਗੀ ਬਣ ਗਈ ਸਾਡੇ 'ਤੇ। ਬਿਜਲੀ ਸਬਸਿਡੀ ਦਾ ਪੈਸਾ ਦੇਣ ਲਈ 20000 ਕਰੋੜ ਲੱਗਦਾ। ਪਹਿਲਾਂ ਜਿਹੜੀ 1997-98 ਦੇ ਵਿੱਚ ਬਿਜਲੀ ਸਬਸਿਡੀ ਸੀ ਚਾਹੇ ਮੋਟਰ ਵਾਲੀ ਸੀ ਚਾਹੇ ਉਹਦੇ ਵਿੱਚ ਕੁਝ ਸਾਡੇ ਐਸਪੀਸੀਪੀ ਭਾਈਚਾਰਾ ਗਰੀਬ ਤਬਕਾ ਕਮਜ਼ੋਰ ਆਰਥਿਕ ਵਰਗ ਉਹਨਾਂ ਦੇ ਬਿਜਲੀयां ਦੇ ਬਿੱਲ ਸੀ। ਉਹ ਸਾਡੇ ਤੇ ਬੋਝ ਸੀ ਜਿਹੜਾ ਉਹ 604 ਕਰੋੜ ਦਾ ਸੀ ਅੱਜ ਹਰ ਕਰ ਨੂੰ ਵੀ ਲਈ ਚਾਹੇ 3 ਲੱਖ ਮਹੀਨਾ ਕਮਾਓ ਚਾਹੇ ਲੱਖ ਮਹੀਨਾ ਕਮਾਓ ਚਾਹੇ 50 ਹਜ਼ਾਰ ਕਮਾਓ ਚਾਹੇ ਤੁਸੀਂ ਤਖੜੇ ਅਮੀਰ ਜ਼ਮੀਦਾਰੋਂ ਜਿਵੇਂ ਉੱਥੇ ਗੱਲ ਹੁੰਦੀ ਹੈ ਕਿ ਬੜੀਆਂ ਮੋਟਰਾਂ ਵੱਧ ਮੋਟਰਾਂ ਵਾਲਿਆਂ ਨੂੰ ਵੱਧ ਜ਼ਮੀਨ ਵਾਲਿਆਂ ਨੂੰ ਤਾਂ ਲਾਓ ਉਸੇ ਤਰ੍ਹਾਂ ਇੱਥੇ ਗੱਲ ਹੁੰਦੀ ਹੈ ਕਿ ਜਿਹੜੇ ਕਮਾਉਂਦੇ ਨੇ ਉਹਨਾਂ ਨੂੰ ਮਾਫ਼ ਕਿਉਂ ਜਿਹੜੀ ਮੋਟੀ ਕਮਾਈ ਕਰਦੇ ਨੇ ਸਰਕਾਰੀ ਮੁਲਾਜ਼ਮ ਨੇ ਚੰਗੇ ਅਧਿਕਾਰੀ ਨੇ ਉਹਨਾਂ ਨੂੰ ਕਿਉਂ ਸੋ ਇਸ ਤਰ੍ਹਾਂ ਦੀ ਤਸਵੀਰ ਪਰ ਸਰਕਾਰ ਨੇ ਪੰਜਾਬ ਦਾ ਹਿੱਤ ਥੋੜਾ ਸੋਚਣਾ ਉਹਨਾਂ ਦਾ ਪਾਰਟੀ ਦਾ ਹਿੱਤ ਸੋਚਣਾ ਤੇ ਪਾਰਟੀ ਦਾ ਹਿੱਤ ਵੋਟ ਵੋਟਾਂ ਲੈਣ ਚ ਤੇ ਵੋਟਾਂ ਲੈਣ ਦੇ ਲਈ ਫਿਰ ਇਹ ਗੱਫੇ ਵੰਡਣੇ ਪੈਂਦੇ ਨੇ ਪੰਜਾਬ ਨੂੰ ਕਿਰਤ ਦੇ ਨਾਲ ਨਹੀਂ ਜੋੜਨਾ ਰੋਜ਼ਗਾਰ ਦੇ ਨਾਲ ਨਹੀਂ ਜੋੜਨਾ ਵੋਟ ਬੈਂਕ ਨਾਲ ਜੋੜਨਾ ਸੋ ਵੋਟ ਬੈਂਕ ਦੇ ਲਈ ਕਹਿੰਦੇ ਜੀ ਹੁਣ 20000 ਸਾਡੇ ਤੇ ਬੋਝ ਪੈਂਦਾ ਬਿਜਲੀ ਸਬਸਿਡੀ ਦਾ ਤੇ ਇਹਦੇ ਵਿੱਚ 550 ਕਰੋੜ ਸ਼ਾਮਿਲ ਕਰ ਲੋ ਮੁਫਤ ਬਸ ਪਾਸ ਵਾਲਾ ਤੇ ਹੁਣ ਜਦੋਂ 1000 ਰੁਪਏ ਵਾਲੀ ਤਸਬੀਹ ਗਰੰਟੀ ਪੂਰੀ ਕਰਨੀ ਔਰ ਇਹ ਗਰੰਟੀ ਲੋਕ ਸਭਾ ਚੋਣਾਂ ਤੋਂ ਤਿੰਨ ਜਾਂ ਚਾਰ ਮਹੀਨੇ ਪਹਿਲਾਂ ਪੂਰੀ ਹੋ ਜਾਣੀ ਆ ਬੇਸ਼ੱਕ ਚੰਦ ਬੀਬੀਆਂ ਨੂੰ ਦੇ ਕੇ ਪੂਰੀ ਕਰਨੀਆਂ ਪਰ ਇਹ ਗੋਗਾ ਇਦਾਂ ਗਾਣਾ ਕਿ ਬਾਅਦ ਚੋਂ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਹੀ ਮਿਲਣਾ ਜੇ ਵੋਟਾਂ ਪਾਉਂਗੇ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਪੰਜਾਬ ਦੀਆਂ ਜੇਕਰ 5 ਤੋਂ 10 ਲੱਖ ਬੀਬੀਆਂ ਨੂੰ 1000 ਰੁਪਏ ਮਹੀਨਾ ਮਿਲਣ ਲੱਗ ਜਵੇ ਤੇ ਉਹਦੇ ਲਈ ਪੰਜਾਬ ਵੱਟਾ ਕਰਜ਼ਾ ਚੱਕ ਲਵੇ ਤਾਂ ਫਿਰ ਇਹ ਭਾਈ ਪੰਜਾਬ ਦੇ ਲਈ ਔਖੇ ਦਿਨ ਨੇ ਮੌਜੂਦਾ ਸਰਕਾਰ ਕਹਿੰਦੀ ਕਰਜ਼ਾ ਚੱਕ ਕੇ ਅਸੀਂ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਤਾਰਦਿਆਂ ਲੋਨ ਦੀਆਂ ਕਿਸ਼ਤਾਂ ਤਾਰਦਿਆਂ ਵਿਆਜ ਤਾਰਦਿਆਂ ਤੇ ਫਿਰ ਬਾਕੀ ਪੈਸਾ ਤੁਸੀਂ ਕਿਸੇ ਅਜੇ ਕੰਮ 'ਚ ਤਾਂ ਲਾਉਂਦੇ ਨਹੀਂ ਜਿਸ ਨਾਲ ਪੈਸਾ ਮੁੜ ਕੇ ਆ ਜਵੇ ਪੈਸਾ ਵਧ ਕੇ ਆ ਜਵੇ ਤੇ ਜੇਕਰ ਇਹ ਵੰਡਣ ਵਾਲੀਆਂ ਯੋਜਨਾਵਾਂ 'ਤੇ ਹੀ ਲਾਉਣਾ ਪੰਜਾਬ ਦੇ ਹੱਥਾਂ 'ਚ ਰੋਜ਼ਗਾਰ ਨਹੀਂ ਦੇਣਾ ਜੇਕਰ ਕਿਰਤ ਦਊ ਰੋਜ਼ਗਾਰ ਦਊ ਹਰ ਘਰ ਨੂੰ ਸੰਪਨ ਕਰਾਂ ਤਾਂ ਫਿਰ ਉੱਥੋਂ ਟੈਕਸ ਦੇ ਰੂਪ ਸਾਡੇ ਕੋਲ ਪੈਸਾ ਆ ਜਵੇ ਤਾਂ ਉਹਦੇ ਨਾਲ ਕਰਜ਼ੇ ਦਾ ਬੋਝ ਘਟਣਾ ਪਰ ਜਦੋਂ ਤੁਸੀਂ ਪੈਸਾ ਵੰਡ ਦੇਣਾ ਤੇ ਜਾਂ ਪੁਰਾਣਿਆਂ 'ਚ ਲਾ ਦੇਣਾ ਕਰਜ਼ਾ ਲੈ ਕੇ ਕਰਜ਼ਾ ਵਧਾ ਦੇਣਾ ਤੇ ਫਿਰ ਜਨਾਬ ਪੰਜਾਬ ਦਾ ਕਰਜ਼ਾ ਹੀ ਹੁੰਦਾ ਜਾਣਾ ਸੋ ਜੇ ਅਗਲੇ ਚੰਦ ਮਹੀਨਿਆਂ ਚ ਇੱਕ ਸਾਲ ਡੇਢ ਸਾਲ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ੇ ਦੀ ਬੋਝ ਦੀ ਪੰਡ 4 ਲੱਖ ਕਰੋੜ ਤੋਂ ਪਾਰ ਚਲ ਜਵੇ ਤਾਂ ਹੈਰਾਨ ਨਾ ਹੋਇਓ ਕਿਉਂਕਿ ਜੀ ਪੰਜਾਬ ਸਰਕਾਰ 1000 ਰੁਪਿਆ ਮਹੀਨੇ ਦੀ ਤਸਦੀਕ ਵਾਲੀ ਗਾਰੰਟੀ ਨੂੰ ਪੂਰਾ ਕਰਨ ਦੇ ਲਈ ਵੱਡਾ ਕਰਜ਼ਾ ਝੁਕਣ ਜਾ ਰਹੀ ਹੈ ਚਲ ਇੱਧਰ ਕਹਿੰਦੇ ਜੀ ਚਰਚਾ ਇਹ ਵੀ ਚੱਲ ਪਈ ਕਿ ਈਡੀ ਆ ਗਈ ਜੀ ਈਡੀ ਆਈ ਸੰਗਤ ਸਿੰਘ ਗਲਜੀਆਂ ਦੇ ਘਰੇ ਈਡੀ ਆਈ ਸਾਬ ਸਿੰਘ ਧਰਮਸੋਧ ਦੇ ਘਰੇ ਸਾਦੂ ਸਿੰਘ ਧਰਮਸੋਤ ਤੇ ਗਿਲਜੀਆ ਦੋਏ ਪੰਜਾਬ ਦੇ ਜੰਗਲਾਤ ਮੰਤਰੀ ਰਹੇ ਕਾਂਗਰਸ ਦੀ ਸਰਕਾਰ ਚ ਚੰਨੀ ਦੀ ਸਰਕਾਰ ਚ ਗਿਲਜੀਆ ਹੋਰੀ ਤੇ ਕੈਪਟਨ ਦੀ ਸਰਕਾਰ ਦੇ ਵਿੱਚ ਸਾਦੂ ਸਿੰਘ ਧਰਮਸੋਤ ਹੋਰੀ ਤੇ ਇਹਨਾਂ ਸਾਦੂ ਸਿੰਘ ਧਰਮਸੋਤ ਆ 99 ਦਿਨਾਂ ਦੀ ਜੇਲ੍ਹ ਵੀ ਕੱਟਿਆ ਹੈ ਦੋ ਮਾਮਲਿਆਂ ਚ ਕਰਗੇ ਸੀ ਜ਼ਮਾਨਤ ਤੇ ਵੀ ਨੇ ਗਿਲਜੀਆ ਵੀ ਜ਼ਮਾਨਤ ਤੇ ਨੇ ਕਹਿੰਦੇ ਜੀ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਹੈ ਜੰਗਲਾਤ ਦੇ ਦਰਖਤਾਂ ਦਾ ਵੀ ਮਾਮਲਾ ਵੀ ਹੈ ਕੱਪੜੇ ਦਾ ਮਾਮਲਾ ਵੀ ਹੈ ਸੁਈੜੀ ਆ ਗਈ ਪਹਿਲਾਂ ਵਿਜੀਲੈਂਸ ਦੀ ਰਿਡਾਰ ਤੇ ਵਿਜੀਲੈਂਸ ਨੇ ਕਾਰਵਾਈ ਪਾਈ ਗ੍ਰਿਫਤਾਰੀ ਪਾਈ ਪਰਚੇ ਕੀਤੇ ਕੋਟਕਚਰੀ ਦੇ ਧੱਕੇ ਖਾਣੇ ਪਏ ਤੇ ਵਿਜੀਲੈਂਸ ਤੋਂ ਸਾਰਾ ਰਿਕਾਰਡ ਮੰਗ ਲਿਆ ਈਡੀ ਨੇ ਤੇ ਈਡੀ ਨੇ ਸਾਰੀ ਕਾਰਵਾਈ ਕਰਕੇ ਜੀ ਜਾਂਚ ਪੜਤਾਲ ਕਰਕੇ ਛਾਪਾ ਮਾਰ ਲਿਆ ਤੇ ਹੁਣ ਚਰਚਾ ਆਏ ਆ ਕਿ ਕੀ ਇਹ ਛਾਪੇਮਾਰੀ ਸਿਰਫ ਸਾਉ ਸਿੰਘ ਧਰਮਸੋਤ ਤੱਕ ਸੀਮਤ ਰਹੇਗੀ ਕੀ ਇਹ ਛਾਪੇਮਾਰੀ ਗਿਲਜੀਆਂ ਤੱਕ ਸੀਮਤ ਰਹੇਗੀ ਜਾਂ ਕੱਲ ਨੂੰ ਉਹ ਅਫਸਰ ਅਧਿਕਾਰੀ ਜਿਹੜੇ ਨਾਲ ਨੇ ਉਹ ਉਹਨਾਂ ਦੇ ਉੱਤੇ ਵੀ ਜਾਂਚ ਪੜਤਾਲ ਹੋਏਗੀ ਜਾਂ ਜਿਹੜੇ ਇਹਨਾਂ ਦੇ ਆਕਾ ਰਹੇ ਨੇ ਉਹ ਸਮਿਆਂ ਦੇ ਮੁੱਖ ਮੰਤਰੀ ਰਹੇ ਨੇ ਕੀ ਕੈਪਟਨ ਅਮਰਿੰਦਰ ਦੇ ਵੀ ਕਾਗਜ਼ ਪੱਤਰ ਫਰੋਲੇ ਜਾ ਸਕਦੇ ਨੇ ਉਹਨਾਂ ਦੇ ਮਹਿਲ ਦੇ ਕਮਰੇ ਵੀ ਫਰੋਲੇ ਜਾ ਸਕਦੇ ਨੇ ਕਿ ਜਾਂ ਚੋਂ ਉੱਥੇ ਤੱਕ ਜਾਏਗੀ ਬੇਸ਼ੱਕ ED ਦਾ ਇੱਕ ਕ੍ਰਾਈਟੇਰੀਆ ਹੈ ਕਿ ਜਦੋਂ ਵਿਜੀਲੈਂਸ ਕਿਸੇ ਸੁਬੇ ਦੀ ਕੋਈ ਕਾਰਵਾਈ ਪਾਉਂਦੀ ਆ ਔਰ ਉਹਦੇ ਵਿੱਚ ਮਨੀ ਲਾਂਡਿੰਗ ਦਾ ਮਾਮਲਾ ਸ਼ਾਮਲ ਹੋ ਜਵੇ ਤਾਂ ED ਸਵੈ ਨੋਟਿਸ ਲੈ ਲੈਂਦੀ ਆ ਤੇ ED ਨੇ ਸਵੈ ਨੋਟਿਸ ਲੈ ਕੇ ਕਹਿੰਦੀ ਜੀ ਪੜਚੋਲ ਸ਼ੁਰੂ ਕੀਤੀ ਆ ਕਿਉਂਕਿ ਇੱਧਰ ਹਿਸਾਬ ਖਾਸਾ ਗੜਬੜਾ ਜਿਹੜਾ ਅੰਕੜੇ ਦੱਸਦੀ ਆ ਵਿਜੀਲੈਂਸ ਕਿ ਜੀ 808 ਕਰੋੜ ਦੀ ਖਰਚਾ ਬਣਦਾ 10 ਸਾਲ ਦਾ ਆਮਦਨ 2 ਕਰੋੜ ਦੀ ਹੈ ਤੇ 6 ਕਰੋੜ ਕਿੱਥੋਂ ਆਉਂਦਾ ਜੀ ਕਹਿੰਦੇ ਜੀ ਇਹ حساب ਲੈਣਾ ਸੀ ਕਿ ਇੰਨਾ ਗੜਬੜ ਕਿਵੇਂ ਆ ਸੋ ਆ 6 ਕਰੋੜ ਦੀ ਆਮਦਨ ਦਾ ਕੋਈ ਹਿਸਾਬ ਇਹ ਨਹੀਂਗਾ ਕਹਿੰਦੇ ਜੀ ਇਹ ਅਸੀਂ ਹਿਸਾਬ ਲੈਣਾ ਅੰਕੜੇ ਦਿਖਾਏ ਗਏ ਕਿ 2 ਕਰੋੜ ਦੀ ਆਮਦਨ ਹੈ ਖਰਚੇ 8 ਕਰੋੜ ਤੋਂ ਜ਼ਿਆਦਾ ਨੇ ਤੇ 6 ਕਰੋੜ ਕਿੱਥੇ ਗਿਆ ਕਿੱਥੋਂ ਆਇਆ ਕਿਵੇਂ ਖਰਚਿਆ ਕਹਿੰਦੇ ਇਸ ਮਾਮਲੇ 'ਚ ਕੀਰੇ ਹੁਣ ਈਡੀ ਨੇ ਰੜਾਫ ਤੇ ਲੈ ਲਿਆ ਪਰ ਪੰਜਾਬ ਸਰਕਾਰ ਦੀ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ED ਦੀ ਕਾਰਵਾਈ ਦੇ ਹਵਾਲੇ ਨਾਲ ਇਹ ਸਿਆਸੀ ਗਲਾਰਾਂ ਚਰਚਾ ਕਿ ਕੀ ਇਹ ਲੀਡਰਾਂ ਨੇ ਕੀ ਅਫਸਰਾਂ ਨੇ ਕੀ ਠੇਕੇਦਾਰਾਂ ਨੇ ਆਪ ਇਹ ਡਾ ਕਪੜਾ ਕਰ ਲਿਆ ਜਾਂ ਉੱਪਰ ਕੋਈ ਵੱਡਾ ਆਸ਼ੀਰਵਾਸੀ ਤੇ ਉਹ ਆਸ਼ੀਰਵਾਦ ਆਕਾਮਾ ਦਾ ਸੀ ਹੁਣ ਹਾਕਮਾਂ ਦਾ ਸੀ ਮੁੱਖ ਮੰਤਰੀਆਂ ਦਾ ਸੀ ਜਾਂ ਪਾਰਟੀ ਹਾਈ ਕਮਾਂਡ ਦਾ ਸੀ ਤੇ ਇਸੇ ਚੋਂ ਜਾਂਚ ਦੀ ਗੱਲ ਚੱਲੀ ਕਿ ਕੀ ਇਹ ਜਾਂਚ ED ਦੀ ਸਸ ਸਿੰਘ ਧਰਮਸੋਤ ਜਾਂ ਗਿਲਜੀਆਂ ਤੱਕ ਰੁਕੇਗੀ ਜਾਂ ਕੈਪਟਨ ਅਮਰਿੰਦਰ ਤੇ ਚੰਨੀ ਤੱਕ ਵੀ ਜਾਏਗੀ ਪਰ ਅਮਰਿੰਦਰ ਤੱਕ ਜਾਣ ਦੇ ਲਈ ਕਹਿੰਦੇ ਕਿ ਔਖਾ ਰਾਹ ਕਿਉਂਕਿ ਜਿਹੜੇ ਘਰ ਚੋਂ ਆਉਂਦੀ ਆਈ ਗੜੀ ਭਾਜਪਾ ਦੇ ਇਸ਼ਾਰੇ ਤੇ ਚਲਦੀ ਆਈ ਈਡੀ ਉਸੇ ਘਰ ਦੇ ਵਿੱਚ ਬੈਠੇ ਨੇ ਅਮਰਿੰਦਰ ਸਿੰਘ ਭਾਜਪਾਜ ਨੇ ਇਸ ਲਈ ਕਹਿੰਦੇ ਜਾਨਸ਼ਰ ਉਧਰ ਨਾ ਮੁੜੇ ਪਰ ਇਹ ਕਦੇ ਹੋ ਸਕਦਾ ਹੈ ਕਿ ਜੇਕਰ ਕਪੜਾ ਹੋਵੇ ਤਾਂ ਹਾਕਮ ਦੀ ਸ਼ਹਿਤੋਂ ਬਿਨਾ ਕੋਈ ਮੰਤਰੀ ਐਡਾ ਬੜਾ ਕੰਮ ਕਰ ਜਵੇ ਤੇ ਜੇਕਰ ਨਹੀਂ ਹੈ ਤਾਂ ਫਿਰ ਅਮਰਿੰਦਰ ਸਿੰਘ ਦੱਸਣ ਕਿ ਉਹ ਫਾਈਲ ਕਿਹੜੀ ਸੀ ਜਿਹੜੀ ਕਹਿੰਦੇ ਸੀ ਮੇਰੇ ਕੋਲ ਸਾਰਿਆਂ ਦਾ ਰਿਕਾਰਡ ਹੈਗਾ ਉਹਦੇ ਵਿੱਚ ਕਿਹਦਾ ਕਿਹਦਾ ਰਿਕਾਰਡ ਸੀ ਕਿਉਂ ਲੁਕੋਲੀਓ ਫਾਈਲ ਕਿਉਂ ਚੁੱਪ ਕਰ ਲਈ ਕਿਉਂ ਨਾ ਜਾਣ ਤੱਕ ਨਹੀਂ ਕੀਤੇ ਤੇ ਹੁਕ ਹਾਕਮ ਹੁੰਦੇ ਆ ਮੁੱਖ ਮੰਤਰੀ ਹੁੰਦੇ ਆ ਕਾਰਵਾਈ ਕਿਉਂ ਨਹੀਂ ਕੀਤੀ ਸੋ ਇਸ ਲਈ ਅਮਰਿੰਦਰ ਸਿੰਘ ਦੇ ਉੱਤੇ ਵੀ ਸਵਾਲ ਖੜਾ ਹੈ ਕਿ ਕੀ ਇਹ ਜਾਂਚ ਈਡੀ ਦੀ ਉੱਥੇ ਤੱਕ ਜਾਏਗੀ ਜਾਂ ਨਹੀਂ ਇਸੇ ਲਈ ਇਸ ਪਹਿਲੂ ਦੀ ਖਬਰ ਲੈ ਕੇ ਆਜ਼ਰੂਣੇ ਤੁਸੀਂ ਦੇਖਦੇ ਰਹੋ ਦਾ ਲਿਬਰਲ ਟੀਵੀ ਲੋਕਾਂ ਦੀ ਆਵਾਜ਼